हेलो स्टूडेंट्स वेलकम बैक टू माय यूट्यूब चैनल सो लेट्स स्टार्ट नेक्स्ट क्वेश्चन ऑफ एक्सरसाइज 8.1 पॉइंट वन सो अश्चन नंबर फोर्थ बच्चे डिस्कस कर जा रहे हैं इस वीडियो के सो क्वेश्चन नंबर फोर शो दैट द डायगनल्स ऑफ अ स्ेयर आर इक्वल ठीक है किसी स्कर के जो डायगनल आओ है सब तो पहले तो बच्चे एक स्क्यर ड्रॉ कर लो ठीक है एक स्क्यर ड्रॉ किया ए तो लैके सी तक लाइन मीट कर दो दैन बी तो लैके डी तक एक लाइन न ਮੀਟ ਕਰ ਦੋ ਜਿੱਦਾਂ ਹੀ ਲਾਈਨ ਨੂੰ ਮੀਟ ਕਰੂੰਗੀ ਅਸੀਂ ਇਹ ਸ਼ੋ ਕਰਨਾ ਹੈ ਕਿ ਜਿਹੜੀ ਏਸੀ ਲਾਈਨ ਹੈ ਉਹੋ ਬੀਡੀ ਦੇ ਇਕੁਅਲ ਹੈ ਸੋ ਫਰਸਟ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਕੀ ਪ੍ਰੂਫ ਕਰਨਾ ਟਿੱਕੇ ਸਕੁਅਰ ਦੇ ਡਾਇਗਨਲਸ ਇਕੁਅਲ ਹੈ ਸੈਕੰਡ ਅਸੀਂ ਕੀ ਪ੍ਰੂਫ ਕਰਨਾ ਬਾਈਸੈਕਟ ਈਚ ਅਦਰ ਐਟ ਰਾਈਟ ਐਂਗਲ ਕਿ ਦੋਨੋਂ 90 ਡਿਗਰੀ ਦੇ ਐਂਗਲ ਦੇ ਉੱਪਰ ਇੱਕ ਦੂਸਰੇ ਨੂੰ ਕੱਟਦੇ ਪਏ ਆ ਸੋ ਅਸੀਂ ਸੈਕੰਡ ਪ੍ਰੂਫ ਕਰਨਾ ਕਿ ਬਾਈਸੈਕਟ ਈਚ ਅਦਰ ਐਟ ਰਾਈਟ ਐਂਗਲ ਸੋ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਬੱਚੇ ਸਭ ਤੋਂ ਪਹਿਲਾਂ ਅਸੀਂ ਇੱਕ ਟ੍ਰਾਇੰਗਲ ਚੂਜ਼ ਕਰਾਂਗੇ ਦੋ ਟ੍ਰਾਇੰਗਲਸ ਚੂਜ਼ ਕਰਾਂਗੇ ਔਰ ਉਹਨਾਂ ਦੀਆਂ ਤਿੰਨ ਕੰਡੀਸ਼ਨਸ ਲਗਾ ਕੇ ਉਹਨਾਂ ਨੂੰ ਪਹਿਲਾਂ ਪ੍ਰੂਫ ਕਰਕੇ ਡਾਇਗਨਲਸ ਇਕੁਅਲ ਕਰਾਂਗੇ ਠੀਕ ਹੈ ਸੋ ਆਪਣੀ ਜੋ ਫਰਸਟ ਉਹਨਾਂ ਨੇ ਪ੍ਰੂਫ ਕਰਨ ਲਈ ਕਿਹਾ ਅਸੀਂ ਸਭ ਤੋਂ ਪਹਿਲਾਂ ਉਹੀ ਕਰਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਦੋ ਟ੍ਰਾਇੰਗਲਸ ਚੂਜ਼ ਕਰ ਲਓ ਬੱਚੇ ABC ਫਰਸਟ ਟ੍ਰਾਇੰਗਲ ਬੱਚੇ ਅਸੀਂ ਚੂਜ਼ ਕੀਤੀ ABC ਸੋ ਦਿਸ ਇਜ਼ ਆਰ ਫਰਸਟ ਟ੍ਰਾਇੰਗਲ ਸੈਕੰਡ ਟ੍ਰਾਇੰਗਲ ਚੂਜ਼ ਕਰੋ ABD ਠੀਕ ਹੈ ਆਹ ਵਾਲੀ ਜੋ ਅਸੀਂ ਸੈਕੰਡ ਟ੍ਰਾਇੰਗਲ ਚੂਜ਼ ਕਰ ਲਈ ਦੋਨਾਂ ਦੇ ਵਿੱਚ ਦੇਖੋ ਬੱਚੇ ਕੁਝ ਕਾਮਨ ਹੈ ਜਾਂ ਕੁਝ ਹੈ ਦਾਦਾ ਜਿਹੜਾ ਅਸੀਂ ਲਿਖ ਸਕਦੇ ਆ ਕਿ ਇਹਨਾਂ ਦੀ ਪ੍ਰੋਪਰਟੀ ਸੇਮ ਆ ਫਰਸਟ ਇਜ਼ AB AB ਇਜ਼ ਕਾਮਨ ਇੱਕ ਲਾਈਨ ਦੋਨਾਂ ਚ ਕਾਮਨ ਹੈ ਸੋ ਅਸੀਂ ਲਿਖ ਦਿੱਤੀ AB ਇਕਵਲ ਟੂ BA ਜਾਂ AB ਸਿੰਪਲ ਵੀ ਲਿਖ ਸਕਦੇ ਆ AB ਇਕਵਲ ਟੂ ए बी सो दिस इज़ अ कॉमन अगे देखो एंगल ए जो है बच्चे एंगल बी देवल है ठीक है क्यों इक्ुअल है बिकॉज इन उन्होंने क्या है कि एक स्क्योर आ स्ोअर की प्रॉपर्टी होंगी कि हर एंगल नाइनटी डिग्री का होंगे इट मीनज़ कि एंगल ए इक्वस टू तो एंगल बी आ सो असीकेंड लिख रहे हैं एंगल ए जो है एंगल बी देवल है दैट इज़ नाइनटी डिग्री तोपल भी लिख सद एंगल बी इज ईक्व टू एंगल ए विच इज़ नाइनटी डिग्री ਠੀਕ ਹੈ ਜੀ ਸੋ ਅਸੀਂ ਇਹ ਚੀਜ਼ ਲਿਖ ਦਿੱਤੀ ਨੈਕਸਟ ਆਜੋ ਹੋਰ ਦੇਖੋ ਇਹਦੇ ਵਿੱਚ ਕੀ ਆ ਅਸੀਂ ਲਿਖ ਸਕਦੇ ਹਾਂ ਜੋ BC ਲਾਈਨ ਆ ਉਹ AD ਲਾਈਨ ਦੇ ਇਕੁਅਲ ਹੈ 기ਵਨ ਆ ਕਿ ਸਕੁਅਰ ਹੈ ਸਕੁਅਰ ਦੀਆਂ ਬੱਚੇ ਹਰ ਇੱਕ ਸਾਈਡ ਜਿਹੜੀਆਂ ਆ ਉਹ ਇਕੁਅਲ ਹੁੰਦੀਆਂ ਠੀਕ ਹੈ ਇਹਦਾ ਮਤਲਬ BC ਜੜੀਆਂ AD ਦੇ ਇਕੁਅਲ ਹੈ ਸੋ ਅਸੀਂ ਲਿਖ ਦਿੱਤੀ BC ਆ ਉਹ AD ਦੇ ਇਕੁਅਲ ਹੈ which is given 기ਵਨ ਵੀ ਲਿਖ ਸਕਦੇ ਆ ਜਾਂ ਤੁਸੀਂ ਲਿਖ ਸਕਦੇ ਆ ਕਿ ਸਾਈਡਸ ਆਫ ਅ ਸਕੁਅਰ ठीक मतलब है यद मतलब असी तीन कंडीशन प्रूव कर दिखी हैं नंबर वन इज़ अ साइड नंबर टू इज़ एंगल नंबर थ्री इज़ साइड सो कि रूल अप्लाई होस ए एस रूल सो एस एस रूल दिस ट्रैएंगल इज ईक्व टू दिस ट्रेंगल असी पूरी तूरी ट्रेंगल ही इकूल कर दी इफ ट्रैगल्स आर इकुअल दैन ईच साइड एंड ईच एंगल आर इकुअल अगर ट्रेंगल ही बराबर आता हर एंगल हर रेखा जड़ी बराबर होएगी यदा मतलब ਇਥੇ ਹੁਣ ਤੁਹਾਡੀ ਕੀ ਆ ਜੇ ਅਸੀਂ ਪੂਰੀ ਦੀ ਪੂਰੀ ਟ੍ਰਾਇੰਗਲ ਹੀ ਬਰਾਬਰ ਕਰ ਦਿੱਤੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਤੁਹਾਡੀ a c ਲਾਈਨ ਆ ਉਹ bd ਲਾਈਨ ਦੇ ਇਕੁਅਲ ਆ ਸੋ ਸੀ ਲਿਖ ਦਿੱਤਾ ac ਲਾਈਨ ਜਿਹੜੀ ਆ bd ਦੇ ਇਕੁਅਲ ਆ c p c t ਸੋ ਫਰਸਟ ਸਾਡਾ ਪ੍ਰੂਫ ਹੋ ਗਿਆ ਉਹਨਾਂ ਨੇ ਕਿਹਾ ਸੀ ਡਾਇਗਨਲਸ ਇਕੁਅਲ ਪ੍ਰੂਫ ਕਰੋ ਸੋ ਸਾਡਾ ਫਰਸਟ ਜਿਹੜਾ ਆ ਪਾਰਟ ਪ੍ਰੂਫ ਹੋ ਗਿਆ ਸੈਕੰਡ ਪਾਰਟ ਉਹਨਾਂ ਨੇ ਕੀ ਕਿਹਾ ਕਿ ਬਾਈਸੈਕਟ ਐਟ ਐਨ ਐਂਗਲ 90 ਡਿਗਰੀ ਹੁਣ ਅਸੀਂ ਇਹ ਪ੍ਰੂਫ ਕਰਨਾ ਕਿ ਇਹ 90 ਡਿਗਰੀ ਦੇ ਐਂਗਲ ਤੇ ਇੱਕ ਦੂਸਰੇ ਨੂੰ ਕੱਟਦੇ ਪਏ ਆ ਸੋ ਸਾਨੂੰ ਛੋਟੇ ਟ੍ਰਾਇੰਗਲ ਚੂਜ਼ ਕਰਨੇ ਪੈਣਗੇ ਮੰਨ ਲਓ ਅਸੀਂ ਇੱਕ ਟ੍ਰਾਇੰਗਲ ਚੂਜ਼ ਕਰ ਰਹੇ ਆ a o b ਦੂਸਰਾ ਟ੍ਰਾਇੰਗਲ ਅਸੀਂ ਚੂਜ਼ ਕਰ ਰਹੇ ਆਂ ਸੀਓਡੀ ਠੀਕ ਹੈ ਹੁਣ ਧਿਆਨ ਨਾਲ ਦੇਖੋ ਬੱਚੇ ਇਹਦੇ ਵਿੱਚ ਕੋਈ ਇਦਾਂ ਦੇ ਐਂਗਲ ਹੈ ਜਿਹੜੇ ਆਪਸ ਵਿੱਚ ਮੈਚ ਕਰ ਰਹੇ ਆ ਮੰਨ ਲਓ ਅਸੀਂ ਇਹਦਾ ਨਾਮ ਰੱਖ ਦਿੱਤਾ ਐਂਗਲ 1 ਔਰ ਇਹਦਾ ਨਾਮ ਰੱਖ ਦਿੱਤਾ ਐਂਗਲ 2 ਇਹ ਕਿਹਾ ਵਰਟੀਕਲੀ ਆਪੋਜ਼ਿਟ ਐਂਗਲ ਸਕੁਅਰ ਦੇ ਅੰਦਰ ਇਹ ਐਂਗਲ ਕਿਹਾ ਵਰਟੀਕਲੀ ਆਪੋਜ਼ਿਟ ਐਂਗਲ ਠੀਕ ਹੈ ਇਧਰੋਂ ਆਹ ਵਾਲਾ ਐਂਗਲ ਉਹ ਆਹ ਵਾਲੇ ਐਂਗਲ ਉਹ ਦੇ ਇਕੁਅਲ ਆ ਕਿਉਂ ਆ ਕਿਉਂਕਿ ਇਹ ਸੌਰੀ ਬੱਚੇ ਐਂਗਲ 1 ਇਕੁਅਲ ਐਂਗਲ 2 ਆ ਕਿਉਂਕਿ ਇਹ alternating interior angles a theek hai angle o vertically opposite angle hai theek hai then ab line jedi a o cd line de equal hai kyunki square diyan lines hai so bache assi tin diyan tin conditions likhan lagya number 1 is angle a equals to angle c b a o matlab angle 1 so assi likh sakde angle 1 is equals to doc bache dekh lo d o, c, ओ सी एंगल 2 सो ਤੁਸੀਂ ਸਿੰਪਲ ਲਿਖ ਸਕਦੇ ਆ एंगल 1 ਇਕੁਅਲ ਟੂ एंगल 2 ਦੇ ਆ बिकॉज ਆਲਟਰਨੇਟ ਇੰਟੀਰੀਅਰ ਐਂਗਲ ਹੈ ਠੀਕ ਹੈ ਜਿਹੜਾ O ਐਂਗਲ ਆ O ਐਂਗਲ ਦੇ ਇਕੁਅਲ ਆ ਵਰਟੀਕਲੀ ਆਪੋਜ਼ਿਟ ਐਂਗਲ ਆ ਤੁਸੀਂ ਲਿਖ ਵੀ ਸਕਦੇ ਆ एंगल 3 ਇਕੁਅਲ ਟੂ एंगल 4 ਸੋ ਇੱਥੇ ਲਿਖ ਸਕਦੇ ਆ एंगल 3 ਇਸ ਇਕੁਅਲ ਟੂ एंगल 4 ਵਰਟੀਕਲੀ ਆਪੋਜ਼ਿਟ ਐਂਗਲ ਆ ਦੈਨ ਸਕੁਅਰ ਦੀਆਂ ਦੋ ਲਾਈਨਸ AB ਲਾਈਨ ਜਿਹੜੀ ਆ CD ਦੇ ਇਕੁਅਲ ਆ ਸੋ ਅਸੀਂ ਲਿਖ ਦਿੱਤਾ AB ਲਾਈਨ ਜਿਹੜੀ CD ਦੇ ਇਕੁਅਲ ਆ ਦਿਸ ਇਸ ਅ 기ਵਨ ਸੋ ਦੈਨ ਕੰਡੀਸ਼ਨਸ ਹੋ ਗਿਆ ਬਚੀ ਆ ਵੀ ਐਂਗਲ ਹੈ ਸੈਕੰਡ ਵਨ ਇਜ਼ ਆਲਸੋ ਐਂਗਲ ਥਰਡ ਵਨ ਇਜ਼ ਸਾਈਡ ਸੋ ਕਿਹੜਾ ਰੂਲ ਲੱਗੇਗਾ ਏ ਏ ਐਸ ਰੂਲ ਏ ਏ ਐਸ ਰੂਲ ਦੇ ਨਾਲ ਅਸੀਂ ਪੂਰੀ ਦੀ ਪੂਰੀ ਟ੍ਰਾਇੰਗਲ ਇਕੁਅਲ ਕਰ ਦਿੱਤੀ ਅਗਰ ਟ੍ਰਾਇੰਗਲ ਇਕੁਅਲ ਹੈ ਦਾ ਮਤਲਬ ਹਰ ਸਾਈਡ ਹਰ ਐਂਗਲ ਵੀ ਇਕੁਅਲ ਹੋਏਗਾ ਸੋ ਧਿਆਨ ਨਾਲ ਦੇਖੋ ਕੀ ਅਸੀਂ ਲਿਖ ਸਕਦੇ ਹਾਂ ਇਸ ਪੂਰੀ ਟ੍ਰਾਇੰਗਲ ਦੇ ਅੰਦਰ ਕਿ ਜਿਹੜੀ ਬੀਓ ਲਾਈਨ ਹੈ ਉਹੋ ਓਡੀ ਲਾਈਨ ਦੇ ਇਕੁਅਲ ਹੈ ਸੋ ਅਸੀਂ ਲਿਖ ਦਿੱਤੀ ਜਾਂ ਤੁਸੀਂ ਲਿਖ ਸਕਦੇ ਹਾਂ ਕਿ ਏਓ ਲਾਈਨ ਆ ਜਿਹੜੀ ਉਹ ਓਸੀ ਦੇ ਲਾ ਦੋਨਾਂ ਵਿੱਚੋਂ ਕੁਝ ਵੀ ਲਿਖ ਸਕਦੇ ਆ ਸੋ ਅਸੀਂ ਲਿਖ ਦਿੱਤਾ A ਉਹ ਜਿਹੜੀ ਆ OC ਦੇ ਇਕੁਅਲ ਆ ਦਿਸ ਇਜ਼ ਬਾਈ CPCT ਇੱਥੋਂ ਇਹ ਪ੍ਰੂਵ ਹੋ ਗਿਆ ਡਾਇਗਨਲ ਜੋ ਆ ਬੱਚੇ ਬਾਈਸੈਕਟ ਕਰ ਰਿਹਾ ਇੱਕ ਇੱਥੋਂ ਅਸੀਂ ਇਹ ਪ੍ਰੂਵ ਕਰ ਦਿੱਤਾ ਕਿ ਇੱਕ ਡਾਇਗਨਲ ਆ ਜਿਹੜਾ ਦੋ ਹਿੱਸੇ ਦੇ ਵਿੱਚ ਵੰਡ ਹੋ ਰਿਹਾ ਠੀਕ ਹੈ ਇੱਕ ਹੀ ਡਾਇਗਨਲ O ਪੁਆਇੰਟ ਤੇ ਸੀ ਸੋ ਇੱਧਰ ਸਾਡੇ ਕੋਲ ਕੀ ਸੀ B ਔਰ ਇੱਧਰ ਕੀ ਸੀ D B ਤੇ D ਠੀਕ ਹੈ B ओ बी डी दे इक्वल ਆ ਗਿਆ ਇਧਰ ਕੀ ਸੀ ਏ ਔਰ ਸੀ ਪੁਆਇੰਟ ਏ ਸੀ ਜਿਹੜਾ ਆ ਉਹ ਸੀਓ ਦੇ इक्वल ਆ ਗਿਆ ਇਹਦਾ ਮਤਲਬ ਡਾਇਗਨਲ ਬਾਈਸੈਕਟ ਕਰ ਰਿਹਾ ਸਿਮਿਲਰਲੀ ਬੱਚੇ ਇੱਕ ਹੋਰ ਟ੍ਰਾਇੰਗਲ ਚੂਜ਼ ਕਰਕੇ ਦੇਖ ਲੋ ਹੁਣ ਟ੍ਰਾਇੰਗਲ ਕਿਹੜਾ ਚੂਜ਼ ਕਰਨ ਲੱਗੇ ਆ ਏਓਬੀ ਐਂਡ ਸੀਓਬੀ ਏਓਬੀ ਐਂਡ ਸੀਓਬੀ ਆ ਦੋ ਟ੍ਰਾਇੰਗਲਸ ਹੁਣ ਧਿਆਨ ਨਾਲ ਦੇਖੋ ਬੀਓ ਬੀਓ ਕੀ ਆ ਕਾਮਨ ए बी लाइन जी आकोर है क्यों क्योंकि दिया ही दो लाइनज आ सो असी लिख रहे हैं। की कॉमन, नॉट गिवन दिस इज कॉमन ठीक है कॉमन है दैन ए बी लाइन जी आी देर आ साइड्स ऑफ स्क्अर आठ ठीक है नैक्सट देखो जी ए लाइन है ओ ਸੀ ਦੇ ਇਕੁਅਲ ਹੈ ਕਿਉਂਕਿ ਇਹ ਡਾਇਗਨਲਸ ਆ ਸੀ ਸੈਕੰਡ ਪਾਰਟ ਦੇ ਵਿੱਚ ਪ੍ਰੂਫ ਕਰ ਚੁੱਕੇ ਆ ਸੋ ਅਸੀਂ ਲਿਖ ਦਿੱਤਾ ਡਾਇਗਨਲਸ ਕਲੀਅਰ ਹੋ ਗਿਆ ਇਹਦਾ ਮਤਲਬ ਪੂਰੀ ਤੇ ਪੂਰੀ ਟ੍ਰਾਇੰਗਲ ਹੀ ਇਕੁਅਲ ਹੈ ਅਗਰ ਪੂਰੀ ਟ੍ਰਾਇੰਗਲ ਇਕੁਅਲ ਹੈ ਤਾਂ ਚਾਹ ਦਾ ਮਤਲਬ ਆਵਾਂ ਲ ਐਂਗਲ ਪਲੱਸ ਆਵਾਂ ਲ ਐਂਗਲ ਦਾ ਜਿਹੜਾ ਜੋੜ ਆ 180 ਦੇ ਬਰਾਬਰ ਹੋਏਗਾ ਐਂਗਲ ਕੇ ਦੀ ਇਕੁਅਲ ਹੋਏਗਾ 180 ਡਿਗਰੀ ਦੇ ਸੋ ਅਸੀਂ ਕੀ ਲਿਖਿਆ AOB ਇਹਦਾ ਮਤਲਬ AOB ਧਿਆਨ ਨਾਲ ਦੇਖ ਲੋ ए बी मतलब आ वाला एंगल प्लस बी ओ सी ठीक है आ वाला एंगल इज इक्वल टू वन एटी डिग्री सी ओ बी एंड ए ओ बी इज इक्वल टू वन एटी डिग्री सो बोथ एंगल आर इक्वल एंगल सो so असी लिख सकते ए बी प्लस ए ओ बी इज इक्व टू वन एटी डिग्री अगर बच्चे दोनों सेम एंगल्स एंगल एड कर दिता एड करके किएगा टू ए ओ बी इज इक्व टू 180 ਡਿਗਰੀ ਹੁਣ ਦੇਖੋ AOB ਨੂੰ ਇੱਧਰ ਹੀ ਪਿਆ ਰਹਿਣ ਦੋ 180 ਡਿਵਾਈডেਡ ਬਾਈ 2 ਸੋ ਕੱਟ ਕੇ ਆ ਗਿਆ 90 ਡਿਗਰੀ ਇਹਦਾ ਮਤਲਬ ਇੱਥੋਂ ਸਾਡਾ ਪ੍ਰੂਫ ਹੋ ਗਿਆ ਕਿ ਇਹ 90 ਡਿਗਰੀ ਰੈਂਗਲ ਹੈ ਇਹਦਾ ਮਤਲਬ ਸਾਰੇ ਦੇ ਸਾਰੇ ਜਿਹੜੇ ਐਂਗਲ ਆ ਉਹ ਬਾਈਸੈਕਟ ਕਰ ਰਹੇ ਆ ਐਟ ਰਾਈਟ ਐਂਗਲ ਇਹੀ ਉਹਨਾਂ ਨੇ ਪ੍ਰੂਫ ਕਰਨ ਲਈ ਕਿਹਾ ਸੀ ਕਿ ਇਹ ਵੀ ਸ਼ੋ ਕਰੋ ਕਿ ਉੱਥੇ 90 ਡਿਗਰੀ ਦਾ ਐਂਗਲ ਬਣ ਰਿਹਾ ਸੋ ਅਸੀਂ ਪ੍ਰੂਫ ਕਰ ਦਿੱਤਾ ਠੀਕ ਹੈ ਜੀ ਸੋ ਇਸ ਪੂਰੇ ਕੁਐਸਚਨ ਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਕੁਝ ਨਾ ਸਮ ਆ ਲੱਗਿਆ ਹੋਵੇ ਤਾਂ ਪੁੱਛ ਸਕਦੀਆਂ ਥੈਂਕ ਯੂ ਸੋ ਮੱਚ